ਪੰਜਾਬ ਤੇ ਸਿੱਖ ਧਰਮ ਨਾਲ ਜੁੜੀ ਹਰ ਇੱਕ ਨਵੀਂ ਅਪਡੇਟ ਦੇ ਲਈ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ। ਵਰਿੰਦਰ ਸਿੰਘ ਜੌੜ ਸਿੰਘ ਵਾਲੇ ਦਾ ਰਹਿਣ ਵਾਲਾ ਵਾ, ਇਹਦੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਵੀ ਜਿਹਦੇ ਵਿੱਚ ਇੱਕ ਫਾਇਲਿੰਗ ਕਰਦਾ ਨਜ਼ਰ ਆ ਰਿਹਾ ਵਾ, ਉਹਦੇ ਆਧਾਰ ਦੇ ਉੱਤੇ ਇਹਨਾਂ ਦੇ ਖਿਲਾਫ਼ ਜਿਹੜੀ ਆ ਇੱਕ FIR ਰਿਕਾਰਡ ਕੀਤੀ ਗਈ ਸੀ 336/37-57-58-88 ਦੇ ਤਹਿਤ। ਉਹਦੇ ਵਿੱਚ ਇਹਨੂੰ ਅੱਜ ਸਵੇਰੇ ਅਸੀਂ ਗ੍ਰਿਫ਼ਤਾਰ ਕਰ ਲਿਆ ਸੀਗਾ, ਜਿਹਨੂੰ ਕੋਰਟ 'ਚ ਪੇਸ਼ ਕਰ ਦਿੱਤਾ ਅਤੇ ਸੁਡੀ ਚਲੋ ਵਾਲਾ ਕੇ ਉਹਨੂੰ ਜਾਣ ਦੇ ਜਾਸਾ ਨੋਟ ਕਰ ਦਿੱਤਾ, ਜੇਲ੍ਹ ਭੇਜ ਦਿੱਤਾ ਗਿਆ ਜੀ। ਜੇਲ੍ਹ ਭੇਜ ਕੋਈ ਰਿਮਾਂਡ ਤਾਂ ਉਹਨਾਂ ਦੇ ਅੰਦਰ ਮਾਣ ਕੋਈ ਰਿਮਾਂਡ ਤਾਂ ਨਹੀਂ ਮਿਲਿਆ? ਨਹੀਂ ਕੋਈ ਗਨ ਵਗੈਰਾ ਜਿਹੜੀ ਯੂਜ ਕੀਤੀ ਰਿਕਵਰ ਹੋਈ ਜਾਂ ਨਹੀਂ? ਯੂਜ ਕੀਤੀ ਅਤੇ ਇਹਦੀ ਜਿਹੜੀ ਆ ਉਹ ਅਜੇ ਇਨਵੈਸਟੀਗੇਸ਼ਨ ਦੇ ਵਿੱਚ ਆ ਰਹੀ ਹੈ, ਜਿਹੜੀ ਦੂਸਰੀ ਇਹਦੇ ਕੋਲ ਮਿਲੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਉਹਦਾ ਸੋਰਸ ਕੀ ਹੈਗਾ। ਇਕੱਲਾ ਹੀ ਕੋਈ ਸਾਥੀ ਦੇਗਾ ਵੀ? ਨਹੀਂ ਇਕੱਲਾ ਹੀ। ਸਰ ਜਿਹੜਾ ਅੱਜ ਅੰਮ੍ਰਿਤਪਾਲ ਦਾ ਬੰਦਾ ਪੇਸ਼ ਕੀਤਾ ਗਿਆ ਵਰਿੰਦਰ ਕੁਮਾਰ, ਕਾਹਦਾ ਮਾਮਲਾ ਦਰਜ ਕੀਤਾ ਗਿਆ ਅਤੇ ਕੋਈ ਰਿਮਾਂਡ ਮਿਲਿਆ? ਇਹ ਵਰਿੰਦਰ ਸਿੰਘ ਜੌੜ ਸਿੰਘ ਵਾਲੇ ਦਾ ਰਹਿਣ ਵਾਲਾ ਵਾ, ਇਹਦੀ ਇੱਕ ਵੀਡੀਓ ਵਾਇਰਲ ਹੋਈ ਸੀਗੀ ਵੀ ਜਿਹਦੇ ਵਿੱਚ ਇੱਕ ਫਾਇਲਿੰਗ ਕਰਦਾ ਨਜ਼ਰ ਆ ਰਿਹਾ ਵਾ, ਉਹਦੇ ਆਧਾਰ ਦੇ ਉੱਤੇ ਇਹਨਾਂ ਦੇ ਖਿਲਾਫ਼ ਜਿਹੜੀ ਆ ਇੱਕ FIR ਰਿਕਾਰਡ ਕੀਤੀ ਗਈ ਸੀ 336/37-57-58-88 ਦੇ ਤਹਿਤ। ਉਹਦੇ ਵਿੱਚ ਇਹਨੂੰ ਅੱਜ ਸਵੇਰੇ ਅਸੀਂ ਗ੍ਰਿਫ਼ਤਾਰ ਕਰ ਲਿਆ ਸੀਗਾ, ਜਿਹਨੂੰ ਕੋਰਟ 'ਚ ਪੇਸ਼ ਕਰ ਦਿੱਤਾ ਅਤੇ ਸੁਡੀ ਚਲੋ ਵਾਲਾ ਕੇ ਉਹਨੂੰ ਜਾਣ ਦੇ ਜਾਸਾ ਨੋਟ ਕਰ ਦਿੱਤਾ, ਜੇਲ੍ਹ ਭੇਜ ਦਿੱਤਾ ਗਿਆ ਜੀ। ਜੇਲ੍ਹ ਭੇਜ ਕੋਈ ਰਿਮਾਂਡ ਤਾਂ ਉਹਨਾਂ ਦੇ ਅੰਦਰ ਮਾਣ ਕੋਈ ਰਿਮਾਂਡ ਤਾਂ ਨਹੀਂ ਮਿਲਿਆ? ਨਹੀਂ ਕੋਈ ਕੋਈ ਗਨ ਵਗੈਰਾ ਜਿਹੜੀ ਯੂਜ ਕੀਤੀ ਰਿਕਵਰ ਹੋਈ ਜਾਂ ਨਹੀਂ? ਯੂਜ ਕੀਤੀ ਅਤੇ ਇਹਦੀ ਜਿਹੜੀ ਆ ਉਹ ਅਜੇ ਇਨਵੈਸਟੀਗੇਸ਼ਨ ਦੇ ਵਿੱਚ ਆ ਰਹੀ ਹੈ, ਜਿਹੜੀ ਦੂਸਰੀ ਇਹਦੇ ਕੋਲ ਮਿਲੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਉਹਦਾ ਸੋਰਸ ਕੀ ਹੈਗਾ। ਇਕੱਲਾ ਹੀ ਕੋਈ ਸਾਥੀ ਦੇਗਾ ਵੀ? ਨਹੀਂ ਇਕੱਲਾ ਹੀ। ਜੇ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ।